ਕਹਿੰਦੇ ਨੇ ਕਿ ਭਾਰਤੀ ਫੌਜ ਦੇ ਜਵਾਨ ਜਿਹੜੇ ਨੇ ਉਹ ਦੇਸ਼ ਦੀ ਸੁਰੱਖਿਆ ਦੇ ਲਈ ਹਮੇਸ਼ਾ ਤਤਪਰ ਰਹਿੰਦੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਉਹਨਾਂ ਦੀਆਂ ਜਾਨਾਂ ਦੇਸ਼ ਦੇ ਲਈ ਬਹੁਤ ਹੀ ਬੇਸ਼ਕੀਮਤੀ ਹਨ। ਜਦੋਂ ਇਹ ਨੌਜਵਾਨ ਭਰਤੀ ਹੋ ਕੇ ਘਰੋਂ ਤੁਰਦੇ ਨੇ ਤਾਂ ਇਹਨਾਂ ਦੇ ਘਰ ਵਾਲੇ ਵੀ ਖੁਸ਼ੀਆਂ ਮਨਾਉਂਦੇ ਨੇ ਕਿ ਸਾਡਾ ਪੁੱਤ ਦੇਸ਼ ਦੀ ਰਾਖੀ ਦੇ ਲਈ ਘਰੋਂ ਨਿਕਲ ਰਿਹਾ ਹੈ। ਲੇਕਿਨ ਕਈ ਵਾਰ ਐਸੇ ਦੁਖਦ ਜਿਹੜੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਨੂੰ ਸੁਣ ਕੇ ਇੱਦਾਂ ਲੱਗਦਾ ਹੈ ਕਿ ਇਹੋ ਜਿਹੇ ਦੁਖਦ ਹਾਦਸੇ ਜਿਹੜੇ ਨੇ ਉਹ ਦਿਲਾਂ ਨੂੰ ਝੰਜੋੜਨ ਵਾਲੇ ਹੁੰਦੇ ਨੇ। ਅੱਜ ਸਵੇਰ ਦਾ ਇੱਕ ਹਾਦਸਾ ਜਿਹੜਾ ਜੰਮੂ ਦੇ ਵਿੱਚ ਕਠੂਆ ਦੇ ਲਾਗੇ ਬਿਲਾਵਰ ਦੇ ਵਿੱਚ ਪੈਂਦਾ ਸੁਕਰਾਲਾ ਮਾਤਾ ਮੰਦਿਰ ਦੇ ਨੇੜੇ ਹੀ ਇੱਕ ਜਿਹੜੀ ਆਰਮੀ ਜਵਾਨਾਂ ਦੀ ਭਰੀ ਹੋਈ ਗੱਡੀ ਸੀ ਉਹ ਖੱਡ ਦੇ ਵਿੱਚ ਡਿੱਗ ਪਈ, ਜਿਹਦੇ ਨਾਲ ਇੱਕ ਜਵਾਨ ਨੇ ਮੌਕੇ 'ਤੇ ਹੀ ਆਪਣੀ ਜਾਨ ਗਵਾ ਦਿੱਤੀ ਅਤੇ 5 ਜਿਹੜੇ ਸੀਗੇ ਉਹਦੇ ਨਾਲ ਦੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ। ਜਿਸ ਜਵਾਨ ਨੇ ਆਪਣੀ ਜਾਨ ਗਵਾਈ ਉਹਦੇ ਘਰ ਦੇ ਵਿੱਚ ਤਾਂ ਇਸ ਵੇਲੇ ਦੁੱਖ ਦਾ ਮਾਹੌਲ ਹੋਣਾ, ਪਰ ਇਹ ਬੇਸ਼ਕੀਮਤੀ ਜਾਨਾਂ ਸਾਡੇ ਦੇਸ਼ ਦੇ ਲਈ ਬੜੀਆਂ ਹੀ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ। ਦੇਸ਼ ਦੀ ਸੁਰੱਖਿਆ ਚਾਹੇ ਉਹ ਬਾਰਡਰ 'ਤੇ ਹੋਵੇ, ਚਾਹੇ ਉਹ ਆਂਤਰਿਕ ਸੁਰੱਖਿਆ ਹੋਵੇ, ਇਹ ਜਵਾਨ ਹਮੇਸ਼ਾ ਆਪਣੀ ਜਾਨ ਜਿਹੜੀ ਹੈ ਹਥੇਲੀ 'ਤੇ ਰੱਖ ਕੇ ਇਸ ਦੇਸ਼ ਦੀ ਜਨਤਾ ਦੀ ਅਤੇ ਬਾਰਡਰ ਦੀ ਰਾਖੀ ਕਰਦੇ ਨੇ। ਪਰ ਕਦੇ ਕਦੇ ਇਹੋ ਜਿਹੇ ਦੁੱਖ ਭਰੇ ਸਮਾਚਾਰ, ਦੁੱਖ ਭਰੀਆਂ ਖਬਰਾਂ ਜਿਹੜੀਆਂ ਨੇ ਉਹ ਦਿਲਾਂ ਨੂੰ ਝੰਜੋੜ ਦਿੰਦੀਆਂ ਨੇ। ਅੱਜ ਸਵੇਰੇ ਫਿਰ ਤੋਂ ਤੁਹਾਨੂੰ ਦੱਸ ਦਈਏ ਇੱਕ ਵਾਰੀ ਕਿ ਅੱਜ ਸਵੇਰੇ ਕਠੂਆ ਵਿਖੇ ਬਿਲਾਵਰ ਦੇ ਲਾਗੇ ਜੋ ਸੁਕਰਾਲਾ ਮਾਤਾ ਮੰਦਿਰ ਦੇ ਨੇੜੇ ਇੱਕ ਆਰਮੀ ਦੀ ਜਿਹੜੀ ਗੱਡੀ ਸੀਗੀ ਉਹ ਖੱਡ ਦੇ ਵਿੱਚ ਡਿੱਗ ਪਈ। ਉਹਦੇ ਖੱਡ ਦੇ ਵਿੱਚ ਡਿੱਗਣ ਦੇ ਨਾਲ ਤੁਹਾਨੂੰ ਤਸਵੀਰਾਂ ਵੀ ਅਸੀਂ ਦਿਖਾ ਰਹੇ ਹਾਂ, ਖੱਡ ਦੇ ਵਿੱਚ ਡਿੱਗਣ ਦੇ ਨਾਲ ਇੱਕ ਜਵਾਨ ਜਿਹੜਾ ਸੀ ਉਹ ਮੌਕੇ 'ਤੇ ਹੀ ਆਪਣੀ ਜਾਨ ਗਵਾ ਗਿਆ। ਉਸ ਜਵਾਨ ਦਾ ਨਾਮ ਰਾਮ ਕਿਸ਼ੋਰ ਦੱਸਿਆ ਜਾਂਦਾ ਹੈ। ਉਸ ਜਵਾਨ ਦੀ ਆਤਮਾ ਦੀ ਸ਼ਾਂਤੀ ਲਈ ਦੀ ਆਪ ਸਾਰੇ ਮਿਲ ਕੇ ਅਰਦਾਸ ਵੀ ਕਰੋ, ਅਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ 5 ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੇ ਵਿੱਚੋਂ ਇੱਕ ਅਨਿਲ ਸਿੰਘ ਜਿਹਦੀ 35 ਸਾਲ ਉਮਰ ਹੈ, ਇੱਕ ਭੁਪਿੰਦਰ ਸਿੰਘ ਜਿਹਦੀ 30 ਸਾਲ ਉਮਰ ਹੈ, ਅਤੇ ਇੱਕ ਮਹਿਪਾਲ ਸਿੰਘ ਜਿਹਦੀ 37 ਸਾਲ ਉਮਰ ਹੈ। ਸੁੰਦਰ ਪਾਂਡਿਆ 37 ਸਾਲ ਦੀ ਉਮਰ ਦਾ ਜਵਾਨ ਸੀਗਾ, ਅਤੇ ਇੱਕ ਬਿਲਕੁਲ ਹੀ ਮੁੱਛਫੁੱਟ ਗੱਭਰੂ ਲੁਕਿੰਦਰ ਸਿੰਘ 26 ਸਾਲ ਦਾ ਜਵਾਨ। ਇਹ ਸਾਰੇ ਜ਼ਖਮੀ ਹੋਏ ਨੇ, ਅਤੇ ਜਿਸ ਜਵਾਨ ਨੇ ਆਪਣੀ ਜਾਨ ਗਵਾਈ ਉਹ ਰਾਮ ਕਿਸ਼ੋਰ ਸੀਗਾ। ਹੁਣ ਸੁਰੱਖਿਆ ਦੇ ਮਾਮਲੇ ਦੇ ਵਿੱਚ ਹਮੇਸ਼ਾ ਇਹ ਆਰਮੀ ਜਿਹੜੇ ਜਵਾਨ ਨੇ ਉਹ ਸਾਡੇ ਲਈ ਦੀਵਾਰ ਬਣ ਕੇ ਸਾਡੇ ਮੂਹਰੇ ਖੜ੍ਹੇ ਹੁੰਦੇ ਨੇ ਤਾਂ ਕਿ ਇਸ ਦੇਸ਼ ਦੀ ਜਨਤਾ ਨੂੰ ਕਦੇ ਵੀ ਕੋਈ ਅਣਸੁਖਾਵੀਂ ਘਟਨਾ ਦਾ ਸਾਹਮਣਾ ਨਾ ਕਰਨਾ ਪਵੇ। ਇਹ ਸਾਰੇ ਜਵਾਨਾਂ ਦਾ ਜਿਹੜਾ ਇਹ ਕਾਫਲਾ ਸੀ ਇਹ ਸੁਕਰਾਲਾ ਮਾਤਾ ਦੇ ਲਾਗੇ ਤਾਗੇ ਜਾ ਰਿਹਾ ਸੀ ਜਦੋਂ ਇਹਨਾਂ ਦੀ ਜਿਹੜੀ ਗੱਡੀ ਸੀ ਉਹ ਇੱਕ ਖੱਡ ਦੇ ਵਿੱਚ ਡਿੱਗ ਗਈ, ਜਿਹਦੇ ਚੱਲਦੇ ਇੱਕ ਜਵਾਨ ਨੇ ਆਪਣੀ ਜਾਨ ਤੋਂ ਹੱਥ ਧੋ ਦਿੱਤਾ ਅਤੇ 5 ਜਿਹੜੇ ਮੌਕੇ 'ਤੇ ਜ਼ਖਮੀ ਹੋਏ। 5 ਨੂੰ ਇਹ ਬਿਲਾਵਰ ਦੇ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਅਤੇ ਬਾਅਦ ਦੇ ਵਿੱਚ ਜਿਹੜੇ ਜ਼ਿਆਦਾ ਜ਼ਖਮੀ ਸੀ, ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਸੀਗੇ, ਉਹਨਾਂ ਨੂੰ ਏਅਰਲਿਫਟ ਕਰਕੇ ਵੱਡੇ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ। ਇਹ ਆਪਸੀ ਸਾਂਝ 'ਤੇ ਤੁਹਾਡੀ ਤੁਸੀਂ ਦੇਖ ਰਹੇ ਹੋ ਖਬਰ। ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਤੁਹਾਡੇ ਤੱਕ ਲੈ ਕੇ ਅਸੀਂ ਆਉਂਦੇ ਰਹਾਂਗੇ। ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ, ਅਤੇ ਆਓ ਦੇਖਦੇ ਹਾਂ ਇਹ ਸਾਰੀਆਂ ਮੌਕੇ ਦੀਆਂ ਤਸਵੀਰਾਂ।